ਪਈਆਂ ਅੱਜ ਮਾਂ ਦੀ ਮੰਜੀ ਵੇਖ ਕੇ ਰੋਂਦੇ ਪਏ ਨੇ ਅੱਜ ਮਾਂ ਦੇ ਕੱਪੜੇ ਚੁੰਮ ਚੁੰਮ ਰੋ ਰਹੇ ਨੇ ਅੱਜ ਮਾਂ ਦੀਆਂ ਜੁੱਤੀਆਂ ਚੁੰਮ ਚੁੰਮ ਰੋ ਰਹੇ ਨੇ ਆਂਦੇ ਆਉਣੇ ਨੇ ਮਰ ਜਾਣ ਜਿਨ੍ਹਾਂ ਦੀਆਂ ਮਾਵਾਂ ਹੈ ਮਰ ਜਾਣ ਜਿਨ੍ਹਾਂ ਬਾਬਾ ਜੀ ਤਕਰੀਰ ਮੁਕਾਣ ਲਗਾ ਜੁਮਲੇ ਸੁਣਿਆ ਨੇ ਉਹਨਾਂ ਬੱਚਿਆਂ ਨੂੰ ਪੁੱਛਿਆ ਰੇ ਜਿਨ੍ਹਾਂ ਦੀ ਮਾਂ ਟੁਰ ਗਈ ਉਹ ਪੁੱਤਰਾਂ ਨੂੰ ਪੁੱਛਿਆ ਰੇ ਜਿਨ੍ਹਾਂ ਦੇ ਵੇੜੇ ਮਾਂ ਕੋਈ ਨਹੀਂ ਆਪਣੀ ਮਾਂ ਦੀਆਂ ਚੀਜ਼ਾਂ ਨੂੰ ਲੁੱਕ ਲੁੱਕ ਰੋਂਦੇ ਨੇ ਆਪਣੀ ਮਾਂ ਦੀ ਤਸਵੀਰ ਮੋਬਾਈਲ 'ਚ ਲੈ ਕੇ ਰੋਂਦੇ ਨੇ ਕੱਲਿਆਂ ਬਹਿ ਕੇ ਰੋਂਦਾ ਏ ਬੀਵੀ ਆਉਂਦੀ ਏ ਕਿਉਂ ਰੋਣਾ ਏ ਆਂਦਾ ਚੱਲੀਏ ਮੈਨੂੰ ਅੰਮੀ ਯਾਦ ਆਉਂਦੀ ਆ ਹੈ ਮੈਨੂੰ ਮਾਂ ਯਾਦ ਆਉਂਦੀ ਆ ਅੱਜ ਜਦੋਂ ਵੇੜੇ ਆਉਣਾ ਵਾ ਹੈ ਮੰਜੀ ਤੇ ਮਾਂ ਨਹੀਂ ਨਜ਼ਰ ਆਉਂਦੀ ਹੈ ਮੈਨੂੰ ਮਾਂ ਨਜ਼ਰੀ ਨਹੀਂ ਜੇ ਆਉਂਦੀ ਨਹੀਂ ਚੱਲੀਏ ਮੈਂ ਅੰਦਰੋਂ ਮੁੱਕ ਗਿਆ ਵਾ ਮੈਂ ਅੰਦਰੋਂ ਮੁੱਕ ਗਿਆ ਵਾ ਹੈ ਇਸੇ ਵਾਸਤੇ ਸੁਲਤਾਨੀ ਕਹਿ ਰਿਹਾ ਏ ਹੈ ਮਾਰੀ ਜਾਣ ਜਿਨ੍ਹਾਂ ਮਾਵਾਂ ਹੈ ਮਰ ਜਾਣ ਜਿਨ੍ਹਾਂ ਦੀਆਂ ਮਾਵਾਂ ਉਹਨਾਂ ਦੇਂਦਾ ਕੌਣ ਪਿਆਰੇ ਹੈ ਮਰ ਜਾਣ ਜਿਨ੍ਹਾਂ ਦੀਆਂ ਮਾਵਾਂ ਮੈਨੂੰ ਸ਼ਬੀਰਾਂ ਦਾ ਕਾਰੀ ਸਾਡਾ ਵੀਰ ਵੀ ਤੁਰ ਗਿਆ ਹੈ ਹੈ ਮਾਂ ਗਈ ਹੈ ਪਿੱਛੇ ਪਿੱਛੇ ਵੀਰ ਵੀ ਤੁਰ ਗਿਆ ਸਾਡੇ ਵੀਰ ਨੇ ਮਾਂ ਨਾਲ ਡੇਰੇ ਲਾ ਲੈਣੇ ਸਾਡੇ ਵੀਰਾਂ ਨੇ ਅੰਮਾ ਨਾਲ ਡੇਰੇ ਲਾ ਲੈਣੇ ਸਜਣਾ ਵੀਰਾਂ ਨਾਲ ਬੜੇ ਮਕਾਮ ਆਉਂਦੇ ਨੇ ਸਜਣਾ ਵੀਰਾਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ ਸਜਣਾ ਵੀਰਾਂ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ ਹੈ ਵੀਰ ਵੀਰਾਂ ਦੀ ਜਾਣ ਆਉਂਦੇ ਨੇ ਅੱਜ ਸੁਣ ਜਾ ਵੀਰ ਦੀ ਸ਼ਾਨ ਹੈ ਵੀਰ ਵੀਰਾਂ ਦੀ ਜਾਣ ਆਉਂਦੇ ਨੇ ਹੈ ਵੀਰ ਵੀਰਾਂ ਦੀ ਆਣ ਆਉਂਦੇ ਨੇ ਹੈ ਵੀਰ ਵੀਰਾਂ ਦੇ ਮਾਣ ਆਉਂਦੇ ਨੇ ਸ਼ਬੀਰ ਅੱਜ ਬਾਜ਼ਾਰ ਲੜਾਈ ਲੱਗ ਜਾਏ ਹੈ ਅੱਜ ਵੱਡਾ ਵੀ ਨਸ ਪੈਂਦਾ ਆਈ ਅੱਜ ਛੋਟਾ ਵੀ ਦੌੜ ਪੈਂਦਾ ਏ ਆਂਦਾ ਖਬਰਦਾਰ ਸਾਡੇ ਵੀਰ ਨੂੰ ਹੱਥ ਨਾ ਲਾਇਆ ਰੇ ਖਬਰਦਾਰ ਸਾਡੇ ਪੀਰਾਂ ਦੇ ਹੱਥ ਨਾ ਚੁੱਕਿਆ ਰੇ ਸਜਣਾ ਵੀਰਾਂ ਨਾਲ ਬੜੀਆਂ ਰੌਣਕਾਂ ਆਉਂਦੀਆਂ ਨੇ ਸਜਣਾ ਵੀਰਾਂ ਨਾਲ ਬੜੀਆਂ ਬਹਾਰਾਂ ਆਉਂਦੀਆਂ ਨੇ ਅੱਜ ਸ਼ਬੀਰ ਨਸੀਰ ਅੱਜ ਜਿਹੜਾ ਵੀਰ ਟੁਰ ਗਿਆ ਏ ਅੱਜ ਕਬਰ ਤੇ ਚੱਲੇ ਜਾਇਆ ਰੇ ਅੱਜ ਮਾਂ ਦੀ ਕਬਰ ਤੇ ਚੱਲੇ ਜਾਇਆ ਰੇ ਹਰਫੇ ਕਾਬਾ ਦੀ ਕਸਮ ਏ ਲੋਕੋ ਕਦੀ ਵੀਰਾਂ ਨਾਲ ਲੜਾਈ ਨਾ ਲਿਆ ਰੇ ਕਦੀ ਵੀਰਾਂ ਨਾਲ ਝਗੜਾ ਨਾ ਕਰਿਆ ਰੇ ਕਦੀ ਵੀਰਾਂ ਨਾਲ ਮਰਨ ਜਿਉਂ ਨਾ ਮਕਾਇਆ ਰੇ ਹਜੇ ਦੇ ਨਾਲ ਵੀਰ ਆਉਂਦੇ ਨੇ ਉਹਦੇ ਨਾਲ ਹੀ ਦੁਨੀਆ ਆਉਂਦੀ ਜਿਹਦੇ ਨਾਲ ਵੀਰ ਨੇ ਉਹਦੇ ਨਾਲ ਰੱਬ ਸੁਣਿਆ ਸੁਣਿਆ ਮੈਂ ਮਕਾਨ ਲਗਾ ਜਿਹਦੇ ਨਾਲ ਮਾਂ ਉਹਦੇ ਨਾਲ ਰੱਬ ਨਬੀਆਂ ਦਾ ਇਮਾਮ ਆਖਰੀ ਗੱਲ ਸੁਣਿਓ ਮੇਰੇ ਨਬੀ ਅੰਮਾ ਨੂੰ ਜੱਪੇ ਮਾਰੇ ਨੇ ਆਏ ਹਾਏ ਮੇਰੇ ਨਬੀ ਮਾਂ ਦੀਆਂ ਲਬਾਂ ਦੇ ਲਬ ਰੱਜ ਕੇ ਰੋਂਦੇ ਆਂਦੇ ਨੀ ਮਾਏ ਬੀਆ ਬਾਣ ਵਿੱਚ ਛੱਡ ਚੱਲੀ ਨੀ ਮਾਏ ਮੇਰਾ ਤੇ ਦਾਦਾ ਵੀ ਕੋਲ ਕੋਈ ਨੀ ਨੀ ਮਾਏ ਮੇਰਾ
ਤੇ ਚਾਚੂ ਵੀ ਕੋਲ ਕੋਈ ਨਹੀਂ ਅੰਮੀ ਜੀ ਫੇ ਜੁਦਾਈਆਂ ਪਾ ਚੱਲਿਓ ਹੋਏ ਅੱਜ ਜ਼ਮੀਨਾਂ ਪੱਥਰੀਆਂ ਜੀ ਪੁੱਤਰ ਛੱਡ ਚੱਲਿਓ ਸ਼ਬੀਰ ਸਾਹਿਬ ਬੜਾ ਔਖਾ ਆਉਂਦਾ ਆਪਣੀ ਮਾਂ ਦੀ ਮਈਅਤ ਚੁੱਕਣੀ ਬੜੀ ਔਖੀ ਆਉਂਦੀ ਆ ਆਪਣੀ ਮਾਂ ਦੀ ਕਬਰ ਬਣਾਉਣੀ ਬੜੀ ਔਖੀ ਆਉਂਦੀ ਆ ਆਪਣੀ ਮਾਂ ਨੂੰ ਕਬਰ 'ਚ ਰੱਖਣਾ ਬੜਾ ਔਖਾ ਆਉਂਦਾ ਮੇਰੇ ਨਬੀ ਨੇ ਮਾਂ ਨੂੰ ਗੋਦ ਵਿੱਚ ਲੈ ਲਿਆ ਆਖਰੀ ਜੁਮਲੇ ਤਕਰੀਰ ਛੱਡਣ ਲਗਾ ਹੈ ਪੀਰ ਮਹੱਲ ਵਿੱਚ ਬਹਿਣ ਆ ਲਿਆ ਮੇਰੇ ਨਬੀ ਨੇ ਮਾਂ ਨੂੰ ਗੋਦ ਵਿੱਚ ਬਿਠਾ ਲਿਆ ਲਟਾ ਲਿਆ ਹਰਜ ਕੀਤੀ ਅੰਮਾ ਕਿੱਥੇ ਚੱਲੇ ਫਰਮਾਇਆ ਪੁੱਤਰਾ ਜਿੰਨੇ ਆਇਆ ਉਹਨੇ ਜਾਣਾ ਹੈ ਮੇਰਾ ਮੁਹੰਮਦ ਪੁੱਤਰਾ ਮੇਰੀ ਜੁਦਾਈ ਵਿੱਚ ਰੋਣਾ ਨਹੀਂ ਹੋ ਤੇਰਾ ਬਾਪ ਵੀ ਸਿਰ ਤੇ ਕੋਈ ਨਹੀਂ ਹੈ ਮੇਰੇ ਸ਼ਹਿਜ਼ਾਦਿਆ ਤੇਰਾ ਵੀਰ ਵੀ ਕੋਈ ਨਹੀਂ ਹੈ ਮੇਰੇ ਸ਼ਹਿਜ਼ਾਦਿਆ ਤੇਰੀ ਹਮਸ਼ੀਰ ਵੀ ਕੋਈ ਨਹੀਂ ਅੱਜ ਮਾਂ ਮਰ ਜਾਏ ਅੱਜ ਚਾਚੇ ਸੀਨੇ ਲਾ ਲੈਂਦੇ ਨੇ ਅੱਜ ਮਾਮੇ ਸੀਨੇ ਲਾ ਲੈਂਦੇ ਨੇ ਅੱਜ ਤਾਏ ਸੀਨੇ ਲਾ ਲੈਂਦੇ ਨੇ ਅੱਜ ਬਰਾਦਰੀ ਵਾਲੇ ਸੀਨੇ ਲਾ ਲੈਂਦੇ ਨੇ ਆਂਦੇ ਨੇ ਨਸੀਰ ਰੋਮੀਨ ਆਂਦੇ ਨੇ ਸ਼ਬੀਰ ਰੋਮੀਨ ਹੋਏ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੇ ਸਿਰ ਤੇ ਸਾਇਆ ਬਣ ਜਾਵਾਂਗੇ ਹੱਲਾ ਦੀ ਕਸਮ ਹੈ ਮੇਰਾ ਨਬੀ ਕੱਲਾ ਹੈ ਹੋਏ ਮੇਰਾ ਨਬੀ ਕੱਲਾ ਜੇ ਅੱਜ ਮਕਾਮੇ ਅਬਵਾਜੇ ਅੱਜ ਮੇਰਾ ਨਬੀ ਮਾਂ ਦੇ ਸਿਰ ਪਿਆ ਜਮਦਾ ਹੈ ਪੀਰ ਮਹੱਲ ਚ ਬਹਿਣ ਵਾਲਿਆ ਅੱਜ ਜੁਮਲੇ ਜ਼ਾਇਆ ਨਾ ਕਰ ਜਾਇਆ ਨੇ ਹੱਲਾ ਦੀ ਕਸਮ ਹੈ ਬੜਾ ਵੱਡਾ ਤੇਰੇ ਮਜਮਾ ਰੋ ਪਿਆ ਚਿੱਠੀਆਂ ਦਾੜੀਆਂ ਵਾਲੇ ਬਾਬੇ ਰੋ ਪੈਣੇ ਮੇਰੇ ਨਬੀ ਮਾਂ ਦਾ ਮੱਥਾ ਚੁੰਮਦੇ ਨੇ ਹੰਮੀ ਜੀ ਅੱਖਾਂ ਬੰਦ ਨਾ ਕਰਿਆ ਹੰਮੀ ਜੀ ਅੱਖਾਂ ਬੰਦ ਨਾ ਕਰਿਆ ਹੈ ਰੋਣ ਵਾਲਿਆ ਆਖਰੀ ਵਾਰੀ ਜਨਾਬੇ ਆਮੀਨਾ ਨੇ ਆਪਣੇ ਪੁੱਤਰ ਮੁਹੰਮਦ ਨੂੰ ਵੇਖਿਆ ਹੈ ਫਰਮਾਇਆ ਸ਼ਹਿਜ਼ਾਦਿਆ ਮੈਂ ਤੁਰ ਚੱਲੀ ਹਾਂ ਹੇ ਮੇਰਿਆ ਪੁੱਤਰਾ ਮੈਂ ਜੁਦਾਈਆਂ ਪਾ ਚੱਲੀ ਹਾਂ ਹੇ ਮੇਰਿਆ ਸ਼ਹਿਜ਼ਾਦਿਆ ਮੈਂ ਤੇਰੇ ਨਾਲ ਮੱਕੇ ਨਹੀਂ ਜਾ ਸਕਦੀ ਹੇ ਰੋਣ ਵਾਲਿਆ ਮੇਰੇ ਨਬੀ ਦੀ ਗੋਦ ਵਿੱਚ ਮਾਂ ਦੀਆਂ ਅੱਖਾਂ ਬੰਦ ਹੋ ਗਈਆਂ ਮੇਰੇ ਨਬੀ ਰੋਂਦੇ ਪੈਣ ਹੁਮੇ ਬਣਾਉਂਦੇ ਨੇ ਮੈਂ ਹਜ਼ੂਰ ਨੂੰ ਚੁੱਪ ਕਰਾ ਰਹੀ ਹਾਂ ਮੈਂ ਮੁਹੰਮਦ ਨੂੰ ਸੀਨੇ ਲਾ ਰਹੀ ਹਾਂ ਮੈਂ ਕਿਹਾ ਸ਼ਹਿਜ਼ਾਦਿਆ ਨਾ ਰੋ ਹੁਮੇ ਮਨੋ ਮੇਰੇ ਨਬੀ ਹੱਥ ਜੋੜਦੇ ਨੇ ਆਂਦੇ ਨੇ ਅੰਮੀ ਜੀ ਮਾਂ ਠੁਰ ਗਈ ਜੇ ਅੱਜ ਮਾਂ ਜੁਦਾਈਆਂ ਪਾ ਗਈ ਜੇ ਅੱਜ ਮਾਂ ਤੁਰ ਗਈ ਜੇ ਤਾਈਓ ਤੇ ਰੋਮੀਏ ਕਸ਼ਮੀਰ ਬੋਲਿਆ ਏ ਤਾਈਓ ਤੇ ਮੀਆਂ ਮੁਹੰਮਦ ਬਖਸ਼ ਬੋਲਿਆ ਏ ਮੀਆਂ ਸਾ ਫਰਮਾਦੇ ਨੇ ਸਦਾ ਨਾ ਪਾਗੀ ਹੈ ਬਲ ਬਲ ਬੋਲੇ ਸੁਣੋ ਯਾਰ ਪੀਰ ਮਾਲਾ ਲਿਓ ਸਦਾ ਨਾ ਪਾਗੀ ਹੈ ਬੁਲ ਬੁਲੇ ਬੋਲੇ ਤੇ ਸਦਾ ਨਾ ਬਾਗ ਬਹਾਰਾਂ ਇਹ ਸਦਾ ਕੋਠੀਆਂ ਤੇਰੇ ਕੋਲ ਨਹੀਂ ਰਹਿਣੀਆਂ ਇਹ ਸਦਾ ਦੁਕਾਨਾਂ ਦਾ ਮਾਲਕ ਤੋਂ ਨਹੀਂ ਰਹਿਣਾ ਇਹ ਸਦਾ ਜ਼ਮੀਨਾਂ ਤੇਰੇ ਕੋਲ ਨਹੀਂ ਰਹਿਣੀਆਂ ਬਾਬਾ ਜੀ ਕਦੀ ਪਿਓ ਨੂੰ ਨਾ ਛੱਡਿਆ ਰੇ ਕਦੀ ਮਾਂ ਨੂੰ ਨਾ ਛੱਡਿਆ ਰੇ ਅੱਜ ਮਾਂ ਜ਼ਿੰਦਾ ਏ ਅੱਜ ਮਾਂ ਨੂੰ ਜੱਫਾ ਮਾਰ ਲੈਣਾ ਈ ਅੱਜ ਅੱਬਾ ਜ਼ਿੰਦਾ ਏ ਅੱਜ ਅੱਬੇ ਨੂੰ ਜੱਫਾ ਮਾਰ ਲੈਣਾ ਈ ਅੱਜ ਅੱਬੇ ਦੇ ਹੱਥ ਚੁੰਮਣੇ ਨੀ ਅੱਜ ਅੱਬੇ ਦੀ ਦਾੜੀ ਚੁੰਮਣੀ ਲਾਣਾ ਨਾ ਸਦਾ ਨਾ ਬਾਗੇ ਹੈ ਬੋਲੇ 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 ਤੇ ਸਦਾ ਨਾ ਬਾਗ
ਜੀ ਸੂਫੀ ਜੀ ਸਦਾ ਨਾ ਬਾਗੈ ਬਹਾਰਾਂ ਹੈ ਸਦਾ ਨਾ ਮਹਾਪੈ ਹੈ ਸਦਾ ਨਾ ਮਹਾਪੈ ਹੈ ਸਦਾ ਨਾ ਮਹਾਪੈ ਹੋਏ ਹੁਸੈਨ ਸਦਾ ਨਾ ਸੋਹਬਤ ਯਾਰਾ ਸਾਰੀ ਤਕਰੀਰ ਸਾਰੇ ਬਿਆਨ ਦਾ ਖੁਲਾਸਾ ਆਪਣੀ ਮਾਂ ਨੂੰ ਰਾਜ਼ੀ ਰੱਖੋ ਰੱਖੋਗੇ ਕਿ ਨਹੀਂ ਰੱਖੋਗੇ ਹੱਥ ਚੁੱਕੋ ਹਾਂ ਜਿਹੜੇ ਰੱਖਣਗੇ ਨੀਯਤ ਕਰੋ ਯਾਰ ਆਪਣੇ ਅੱਬੇ ਨੂੰ ਰਾਜ਼ੀ ਰੱਖੋ ਯਾਰ ਐ ਨਾ ਸਮਝੀ ਕਿ ਮੈਂ ਗਰੀਬ ਹਾਂ ਜਿਹਦੇ ਵਿਹੜੇ ਮਾਂ ਪਿਓ ਹੋਵੇ ਉਹ ਗਰੀਬ ਨਹੀਂ ਜਿਉਂਦਾ ਹਾਏ 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 ਜਿਹਦੇ ਵਿਹੜੇ ਬਾਪ ਹੋਵੇ ਉਹ ਗਰੀਬ ਨਹੀਂ ਜਿਉਂਦਾ ਜੀ ਐਲਲ ਐਲਾਨ ਤੇ ਗੱਲ ਕਰਨਾ ਜੁਮਲੇ ਸੁਣਿਆ ਜੇ ਮਾਵਾਂ ਠੰਡੀਆਂ ਮਾਵਾਂ ਠੰਡੀਆਂ ਯਾਰ ਬੋਲਦੇ ਕਿਉਂ ਨਹੀਂ ਉੱਚੀ ਬੋਲੋ ਮਾਵਾਂ ਠੰਡੀਆਂ ਫੇਰ ਬੋਲੋ ਮਾਵਾਂ ਠੰਡੀਆਂ ਇੱਧਰ ਤਵੱਜੋ ਕਰਿਓ ਕਦਾਈ ਕਦਵਾਈ ਸੌਂਡ ਆ ਮਾਸ਼ਾਅੱਲਾ ਅੱਲਾ ਸਲਾਮਤ ਰੱਖੇ ਸੋਹਣਾ ਸੌਂਡ ਚਲਾ ਰਿਹਾ ਤਵੱਜੋ ਕਰੀ ਮੈਂ ਆਖਰੀ ਗੱਲ ਮੇਰੀ ਤਕਰੀਰ ਮੁੱਕ ਗਈ ਸੀ ਬਾਈ ਜਾਨ ਦਾ ਹੁਕਮ ਹੈ ਮੈਂ ਆਖਰੀ ਗੱਲ ਕਰਨ ਲੱਗਾ ਮੈਂ ਮਾਂ ਵੀ ਦੱਸੀ ਤੇ ਬਾਪ ਵੀ ਦੱਸਿਆ ਤੇ ਭਰਾ ਵੀ ਦੱਸੇ ਸੱਗੇ ਭਰਾ ਹੁੰਦੇ ਨੇ ਬਾਬਾ ਜੀ ਜ਼ਮੀਨਾਂ ਜਦੋਂ ਵੰਡੀਆਂ ਜਾਂਦੀਆਂ ਨਾ ਸੱਗੇ ਭਰਾ ਭਰਾਵਾਂ ਨਾਲ ਲੜਾਈ ਲੈ ਲੈਂਦੇ ਨੇ ਆਂਦੇ ਨੇ ਮੈਨੂੰ ਥੋੜੀ ਦਿੱਤੀ ਆ ਤੂੰ ਜ਼ਿਆਦਾ ਲਈ ਆ ਪੀਰ ਮਾਲਾ ਲਿਆ ਕਦੀ ਵੀ ਭਰਾਵਾਂ ਨਾਲ ਲੜਾਈ ਨਾ ਲਿਓ ਯਾਰ ਕਦੀ ਵੀ ਭਰਾਵਾਂ ਨਾਲ ਝਗੜਾ ਨਾ ਕਰਿਓ ਇਹ ਜ਼ਮੀਨਾਂ ਪਿੱਛੇ ਨਹੀਂ ਲੜੀਦਾ ਅਗਲੇ ਦਿਨ ਸ਼ਬੀਰ ਇਹ ਸਿਆਲਕੋਟ ਦਾ ਵਾਕਿਆ ਹੋਇਆ ਸਿਆਲਕੋਟ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਬਾਬਾ ਜੀ ਡੇਢ ਫੁੱਟ ਜਗ੍ਹਾ ਸੀ ਡੇਢ ਫੁੱਟ ਡੇਢ ਫੁੱਟ ਜਗ੍ਹਾ ਤੋਂ ਪੰਜ ਕਤਲ ਹੋ ਗਏ ਅੱਲਾਹੁ ਅਕਬਰ ਡੇਢ ਫੁੱਟ ਜਗ੍ਹਾ ਤੋਂ ਕਿੰਨੇ ਕਤਲ ਮੁਫਤੀ ਸਾਹਿਬ ਉਹ ਖਬਰ ਤੁਸੀਂ ਪੜ੍ਹੀ ਹੋਣੀ ਪੰਜ ਕਤਲ ਪਤਾ ਕੀ ਇੱਧਰ ਵੇਖਿਓ ਇੱਕ ਬੰਨਾ ਸੀ ਨਾ ਤੇ ਗਰੀਬ ਸੀ ਤੇ ਨਾਲ ਅਮੀਰ ਸੀ ਉਹ ਗਰੀਬ ਦੇ ਬੰਨਾ ਜਿਹੜਾ ਸੀ ਨਾ ਉਧਰ ਆਪਣੀ ਪੈਲੀ ਚ ਸੀ ਉਹ ਬੰਨਾ ਸਿੱਧਾ ਕਰਨ ਲੱਗਾ ਇੱਧਰ ਵੇਖਿਓ ਉਹ ਜੂ ਹੀ ਬੰਨਾ ਸਿੱਧਾ ਕਰਨ ਲੱਗਾ ਤੇ ਨਾਲ ਉਹ ਫੌਜੀ ਸੀ ਲਟੈਰ ਉਹਨੂੰ ਗੁੱਸਾ ਲੱਗਾ ਉਹਨੇ ਕਿਹਾ ਠਹਿਰ ਜਾਏ ਉਹ ਅੰਦਰ ਗਿਆ ਉਹਨੇ ਰਾਈਫਲ ਲੈ ਕੇ ਆਇਆ ਬਾਬਾ ਜੀ ਉਹ ਗਰੀਬ ਨੂੰ ਵੀ ਮਾਰੀ ਉਹਦੀ ਬੀਵੀ ਨੂੰ ਵੀ ਮਾਰੀ ਬਾਬਾ ਉਹ ਤੇ ਦੁੱਖ ਆਪਣੀ ਜਗ੍ਹਾ ਤੇ ਜਦੋਂ ਧੀਆਂ ਨੂੰ ਪਤਾ ਲੱਗਾ ਨਾ ਸੁਣ ਮੈਂ ਜਾਂਦਿਆਂ ਧੀ ਦੀ ਵੀ ਸ਼ਾਨ ਸੁਣਾ ਜਾ ਕੀ ਪਤਾ ਅੱਗੋਂ ਆਉਣਾ ਕਿ ਨਹੀਂ ਆਉਣਾ ਬਾਬਾ ਜਦੋਂ ਧੀਆਂ ਨੂੰ ਪਤਾ ਲੱਗਾ ਨਾ ਕਿ ਮਾਂ ਮੁੱਕ ਗਈ ਸਾਡੇ ਪਿਓ ਨੂੰ ਗੋਲੀ ਲੱਗ ਗਈ ਏ ਖੂਨ ਵਿੱਚ ਲੱਤ ਪੱਤ ਨੇ ਜਵਾਨ ਦੋ ਧੀਆਂ ਸ਼ਬੀਰ ਜਵਾਨ ਧੀ ਦੀ ਕਦਰ ਪੁੱਛਣੀਆਂ ਤੇ ਉਹਨੂੰ ਪੁੱਛ ਜਿਹਦੇ ਵਿਹੜੇ ਧੀ ਕੋਈ ਨਹੀਂ ਇਹ ਪੁੱਤਰ ਬਾਬਾ ਜੀ ਓਨਾ ਪਿਆਰ ਨਹੀਂ ਜੇ ਕਰਦੇ ਜਿੰਨੀਆਂ ਧੀਆਂ ਪਿਆਰ ਕਰਦੀਆਂ ਕਸਮ ਖੁਦਾ ਦੀ ਅੱਧੀ ਰਾਤ ਨੂੰ ਬੁੱਢਾ ਪਿਓ ਵਿਹੜੇ ਆਵੇ ਨਾ ਤੇ ਆਂਦੀ ਅੱਬੂ ਜੀ ਰੋਟੀ ਰੋਟੀ ਗਰਮ ਕਰਕੇ ਲਿਆਵਾ ਅੱਬੂ ਜੀ ਦੁੱਧ ਰੱਖਿਆ ਪੀਣਾ ਜੇ ਅੱਬੂ ਜੀ ਦਵਾਈ ਖਾਧੀ ਜੇ ਕਿ ਕੋਈ ਨਹੀਂ ਇਹ ਪੁੱਤਰ ਨਹੀਂ ਜੇ ਪੁੱਛਦੇ ਸਜਣੋ ਧੀਆਂ ਪੁੱਛਦੀਆਂ ਜੇ ਕੌਣ ਪੁੱਛਦੀਆਂ ਨੇ ਉਹ ਜਦੋਂ ਜਵਾਨ ਧੀਆਂ ਨੂੰ ਬਾਬਾ ਜੀ ਪੰਜ ਤੋਂ ਛੇ ਮਿੰਟ ਦੀ ਤਕਰੀਰ ਆ ਗਈ ਜੁਮਲੇ ਸੁਣਿਓ ਜਦੋਂ ਜਵਾਨ ਧੀਆਂ ਨੂੰ ਪਤਾ ਲੱਗਾ ਨਾ ਜੀ ਸਾਡੇ ਬਾਪ ਨੂੰ ਗੋਲੀ ਵੱਜ ਗਈ ਸਾਡੀ ਮਾਂ ਕਤਲ ਹੋ ਗਈ ਉਹ ਵਿਹੜੇ ਨਹੀਂ ਖਲੋਤੀਆਂ ਜੁਮਲੇ ਸੁਣੀ ਜੁੱਤੀਆਂ ਲੱਥੀਆਂ ਨੇ ਸਿਰਾਂ ਤੋਂ ਚਾਦਰਾਂ ਲੱਥੀਆਂ ਨੇ ਦੌੜ ਕੇ ਆਈਆਂ ਨੇ ਜਿਹੜਾ ਬੰਦਾ ਫੈਰ ਪਿਆ ਮਾਰਦਾ ਨਾ ਉਹਦੇ ਸਾਹਮਣੇ ਅੱਧ ਬੰਨ ਕੇ ਆਂਦੀਆਂ ਚਾਚਾ ਨਾ ਮਾਰ ਪੜੇ
ਮੇਰਾ ਪਿਓ ਬੜੀ ਗਰੀਬੀ ਵਿੱਚ ਸਾਨੂੰ ਪਾਲਿਆ, ਸਾਡੀ ਮਾਂ ਨੂੰ ਨਾ ਮਾਰ। ਉਹ ਏਡਾ ਕੋਈ ਸਾਲਮ ਸੀ ਇਨਸਾਨ, ਉਹਨਾਂ ਉਹ ਜਵਾਨ ਧੀਆਂ ਨੂੰ ਵੀ ਫੈਰ ਮਾਰ ਕੱਢੇ। ਉੱਥੇ ਬਾਬਾ ਜੀ ਜਵਾਨ ਧੀਆਂ ਮੁੱਕ ਗਈਆਂ, ਉੱਥੇ ਹੀ ਰੋਂਦੀਆਂ ਅਥਰੂ। ਕਸਮ ਖੁਦਾ ਦੀ ਉਹ ਤਸਵੀਰ ਨਹੀਂ ਵੇਖੀ ਜਾਂਦੀ ਬਾਬਾ ਜੀ, ਉਹ ਕਤਲ ਹੋਈਆਂ ਨੇ ਤੇ ਅੱਖਾਂ ਵਿੱਚ ਅਥਰੂ ਸਨ, ਰੋਂਦੀਆਂ ਪਈਆਂ ਸਨ ਬਾਪ ਨੂੰ ਵੇਖ ਕੇ, ਮਾਂ ਨੂੰ ਵੇਖ ਕੇ। ਤਾਈਓ ਤੇ ਆਲਾ ਨੇ ਐਲਾਨ, ਸੁਲਤਾਨੀ ਅੱਜ ਤੇਰੇ ਸ਼ਹਿਰ ਵਿੱਚ ਆ ਕੇ ਕਹਿ ਰਿਹਾ ਅੱਲਾਹ ਦੀ ਰਹਿਮਤ ਹੁੰਦੀਆਂ। ਜਿਹਦੇ ਵੇੜੇ ਧੀ ਉਹ ਹੱਥ ਚੁੱਕੇਗਾ ਦੂਸਰਾ ਨਹੀਂ, ਅੱਲਾ ਸ਼ਬੀਰ ਤੈਨੂੰ ਪੀ ਦੇਵੇ ਤੇ ਫਿਰ ਪਤਾ ਲੱਗੇ ਸੁਲਤਾਨੀ ਕੀ ਕਹਿ ਰਿਹਾ ਅੱਲਾਹ ਦੀ ਰਹਿਮਤ ਹੁੰਦੀਆਂ ਨੇ ਧੀਆਂ ਪਰੋਣੀ। ਇੱਕ ਵਾਰੀ ਸਾਰਾ ਮਜਮਾ ਮੇਰੇ ਨਾਲ ਮਿਲ ਕੇ ਆਖੇ ਅੱਲਾਹ ਦੀ ਰਹਿਮਤ। ਧੀਆਂ ਵਾਲੇ ਬੋਲੋ ਸਜਣੋ ਧੀਆਂ ਵਾਲੇ, ਅੱਲਾਹ ਦੀ ਰਹਿਮਤ ਹੁੰਦੀਆਂ ਨੇ। ਤੂੰ ਉਦੋਂ ਦਾ ਰੋ ਰਿਹਾ, ਮੈਂ ਤੇਰੀਆਂ ਅੱਖਾਂ ਦੀ ਅੱਥਰੂ ਵੇਖ ਰਿਹਾ। ਸਜਣਾ ਧੀਆਂ ਨਾਲ ਵੇੜੇ ਦੀ ਰੌਣਕ ਆਉਂਦੀ ਆ, ਸਜਣਾ ਧੀਆਂ ਨਾਲ ਵੇੜੇ ਦੀ ਬਹਾਰ ਆਉਂਦੀ ਆ। ਹੇ ਅੱਲਾਹ ਤੈਨੂੰ ਦੀ ਦਵੇ ਬਾਬਾ ਜੀ ਦੀ ਛੋਟੀ ਜੀ ਆਉਂਦੀ ਏ, ਆਪਣੇ ਅੱਬੇ ਨੂੰ ਸੀਨ ਲਾ ਲੈਂਦੀ ਏ, ਆਂਦੀ ਏ ਮੌਲਾ ਮੇਰੇ ਬਾਬੇ ਦੀ ਖੈਰ ਹੋਏ, ਯਾ ਅੱਲਾ ਮੇਰੇ ਅੱਬੂ ਦੀ ਖੈਰ ਹੋਏ, ਯਾ ਅੱਲਾ ਮੇਰੇ ਬਾਬਾ ਜਾਨੀ ਦੀ ਖੈਰ ਹੋਏ। ਧੀਆਂ ਸਾਰੀ ਜ਼ਿੰਦਗੀ ਖੈਰਾਂ ਮੰਗਦੀਆਂ ਨੇ, ਧੀਆਂ ਸਾਰੀ ਜ਼ਿੰਦਗੀ ਦੁਆਵਾਂ ਮੰਗਦੀਆਂ ਨੇ। ਅੱਲਾ ਇਸ ਮਹਿਫਲ ਦਾ ਸਦਕਾ ਸ਼ਬੀਰ ਨੂੰ ਕੀ ਅਤਾ ਫਰਮਾ। ਹਲਲ ਇਲਾਨ ਸੁਲਤਾਨੀ ਕਹਿ ਰਿਹਾ ਏ ਅੱਲਾ ਦੀ ਰਹਿਮਤ ਹੁੰਦੀਆਂ। ਮਿਲ ਕੇ ਖੁਦ ਛੱਡੀਏ ਅੱਲਾ ਦੀ ਰਹਿਮਤ ਹੁੰਦੀਆਂ ਨੇ ਧੀਆਂ ਪਰੋਣੀਆਂ ਹੁੰਦੀਆਂ ਨੇ ਧੀਆਂ ਪਰੋਣੀਆਂ ਹੁੰਦੀਆਂ ਨੇ। ਮਿਲ ਕੇ ਯਾਰ ਆਖਰੀ ਵਾਰੀ ਅੱਲਾ ਦੀ ਰਹਿਮਤ ਹੁੰਦੀਆਂ ਨੇ ਧੀਆਂ ਪਰੋਣੀ ਪਰਾਣੀਆਂ ਹੁੰਦੀਆਂ ਨੇ ਨਾ ਸ਼ਿਕਵਾ। ਬੜਾ ਵੱਡਾ ਸ਼ੇਰ ਦੇਣ ਲੱਗਾ ਤੇਰੀ ਮਹਿਫਲ ਨੂੰ, ਬੜਾ ਵੱਡਾ। ਨਾ ਸ਼ਿਕਵਾ ਕਰ ਤਕਦੀਰਾਂ ਦਾ ਬੜਾ ਮਾਣ ਇਨਾਂ ਵੀਰਾਂ। ਹੱਥ ਬੁਲੰਦ ਕਰਕੇ ਬੜਾ ਮਾਣ ਇਨਾਂ ਆਪਣੀਆਂ ਸੁਣਦੀਆਂ ਨੇ। ਹਲਲ ਇਲਾਨ ਸੁਲਤਾਨੀ ਕਹਿ ਰਿਹਾ ਵੀਰਾਂ ਦੀ ਇੱਜ਼ਤ ਹੁੰਦੀਆਂ ਨੇ ਧੀਆਂ ਪਰੋਣੀਆਂ ਹੁੰਦੀਆਂ ਨੇ ਧੀਆਂ ਪਰੋਣੀਆਂ। ਮੁੱਕ ਗਈ ਮੈਂ ਮੁੱਕ ਗਈ ਤਕਰੀਰ। ਹਲਲ ਇਲਾਨ ਕਹਿ ਰਿਹਾ ਲੈ ਓ ਯਾਰ ਜ਼ਿੰਦਗੀ ਰਹੀ ਤੇ ਲੱਖਾਂ ਮੌਲੀ ਸੁਣ, ਕਰੋੜਾਂ ਖਤੀਬ ਸੁਣ, ਨਿਕੰਮੇ ਨੂੰ ਦੁਆ ਚ ਯਾਦ ਰੱਖਿਆ, ਤੁਰ ਚੱਲਾਂ ਮਾ ਸਿਆਲਕੋਟ
ਤੇ ਜਾਂਦਿਆਂ ਤੇਰੇ ਮਜਮੇ ਨੂੰ ਕਹਿ ਚੱਲਾ ਲੈ ਓ ਯਾਰ ਹਵਾ ਮੇਰਾ ਪੜ੍ਹਨਾ ਤੁਹਾਡਾ ਸੁਣਿਆ ਆਪਣੀ ਪਾਕ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਹੁਣ ਦੁਆ ਕਰਨੀ ਹੈ ਕੀ ਕਰਨਾ ਸਲਾਮ ਦੇ ਦੋ ਸ਼ੇਰ ਉਸ ਤੋਂ ਬਾਅਦ ਇਨਸ਼ਾਅੱਲਾ।